ਫਰੀਦਕੋਟ ਰਿਆਸਤ ਦੇ ਆਖਰੀ ਮਹਾਰਾਜੇ ਰਾਜਾ ਹਰਿੰਦਰ ਸਿੰਘ ਦੇ ਛੋਟੀ ਬੇਟੀ ਮਹਾਰਾਣੀ ਦੀਪਿੰਦਰ ਕੌਰ ਦੀ ਬਿਮਾਰੀ ਦੇ ਚਲਦਿਆਂ ਅੱਜ ਮੌਤ ਹੋ ਗਈ ਹੈ। ਮਹਾਰਾਣੀ ਦੀਪਿੰਦਰ ਕੌਰ ਦੇ ਵੱਲੋਂ ਅੱਜ ਫਰੀਦਕੋਟ ਦੇ ਰਾਜ ਮਹਿਲ ਦੇ ਵਿਚ ਆਪਣੇ ਆਖਰੀ ਸਾਹ ਲਏ ਗਏ। ਮਹਾਰਾਣੀ ਦੀਪਿੰਦਰ ਕੌਰ ਫਰੀਦਕੋਟ ਰਿਆਸਤ ਦੇ ਆਖਰੀ ਰਾਜੇ ਦੀ ਕਈ ਹਜ਼ਾਰ ਕਰੋੜ ਦੀ ਜਾਇਦਾਦ ਦੀ ਦੇਖ ਰੇਖ ਦੇ ਲਈ ਬਣੇ ਮਹਾਰਾਜਾ ਖੇਵਾ ਜੀ ਟਰੱਸਟ ਦੇ ਚੇਅਰਮੈਨ ਸਨ ਅਤੇ ਪੱਛਮੀ ਬੰਗਾਲ ਦੇ ਬਰਦਵਾਨ ਰਾਜ ਦੇ ਰਾਜਾ ਸਦੇ ਚੰਦ ਮਹਿਤਾਜ ਦੀ ਪਤਨੀ ਸਨ। ਮਹਾਰਾਣੀ ਦੀਪਿੰਦਰ ਕੌਰ ਅਤੇ ਇਹਨਾਂ ਦਾ ਅੰਤਿਮ ਸੰਸਕਾਰ ਕੱਲ ਨੂੰ ਫਰੀਦਕੋਟ ਵਿਖੇ ਕੀਤਾ ਜਾਵੇਗਾ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਰਿਪੋਰਟ। ਚੇਅਰਪਰਸਨ ਸਾਹਿਬਾ ਮਹਾਰਾਣੀ ਦੀਪਿੰਦਰ ਕੌਰ ਜੀ, ਅਰਾਊਂਡ ਅਬਾਊਟ 1:15 12:40 1 ਦਾ ਟਾਈਮ ਸੀਗਾ, ਉਹ ਸਡਨ ਉਹਨਾਂ ਦੀ ਕਾਰਡੀਅਕ ਅਰੈਸਟ ਹੋਣ ਕਰਕੇ, ਸਡਨ ਅਟੈਕ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ। ਵਿਦ ਇਨ ਸੈਕਿੰਡ ਸੀ ਤੁਸੀਂ ਕਹੋਗੇ ਵੀ ਹੋ ਗਿਆ, ਸਾਨੂੰ ਚਾਂਸ ਵੀ ਨਹੀਂ ਮਿਲਿਆ ਕਿ ਉਹਨਾਂ ਨੂੰ ਅਸੀਂ ਕੁਛ ਕਰ ਸਕੀਏ। 82 ਦੇ ਆਸ ਪਾਸ ਏਜ ਸੀ ਉਹਨਾਂ ਦੀ, ਅਦਰਵਾਈਜ਼ ਸ਼ੀ ਵਾਜ਼ ਆਲ ਰਾਈਟ। ਅਤੇ ਸਡਨਲੀ ਬਸ ਚੇਅਰਪਰਸਨ ਸੀ ਮਹਾਰਾਵਰ ਖੇਵਰ ਜੀ ਟਰੱਸਟ ਦੇ ਚੇਅਰਪਰਸਨ ਨੇ, ਐਂਡ ਮਹਾਰਾਣੀ ਦੀਪਿੰਦਰ ਕੌਰ ਹੈ ਫਰੋਮ ਬਰਦਵਾਨ, ਫਰੀਦਕੋਟ ਮਹਾਰਾਜਾ ਹਰਿੰਦਰ ਸਿੰਘ ਦੀ ਬੇਟੀ ਸੀ। ਸੰਸਕਾਰ ਕੱਲ੍ਹ ਕਰਾਂ, ਸ਼ਾਹੀ ਸਮਾਧਾਂ 'ਚ ਕੱਲ੍ਹ ਸੰਸਕਾਰ ਹੋਊਗਾ। ਅਜੇ ਆਉਣਗੇ ਰਿਲੇਟਿਵਸ ਵਗੈਰਾ ਆਉਣਗੇ ਉਥੋਂ ਕਲਕੱਤੇ ਤੋਂ, ਉਸ ਟਾਈਮਿੰਗ ਐਡਜਸਟ ਕਰ ਲਾਂਗੇ।